ਸ਼ਿਵਾਲਿਕ ਪਹਾੜੀਆਂ ਦੀ ਗੋਦ 'ਚ ਵਸਿਆ ਪਿੰਡ ਰਾਮਪੁਰ ਪਟਵਾਲੀ 'ਚ ਭਗਵਾਨ ਕ੍ਰਿਸ਼ਨ ਨੂੰ ਸਮਰਪਿਤ ਬੈਰਾਗੀ ਪੰਥ ਵੱਲੋਂ ਬਣਾਇਆ ਗਿਆ ਮੰਦਿਰ ਬਹੁਤ ਹੀ ਪ੍ਰਸਿੱਧ ਹੈ। ਇਸ ਮੰਦਿਰ ਦੀਆਂ ਕੰਧਾਂ 'ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਸਮੇਂ 'ਚ ਬਹੁਤ ਹੀ ਸੁੰਦਰ ਚਿੱਤਰਕਾਰੀ ਕਰਵਾਈ ਸੀ, ਜਿਸ ਨੂੰ ਚਿੱਤਰਕਾਰੀ ਦੀ ਭਾਸ਼ਾ 'ਚ ਕੰਧ ਚਿੱਤਰਕਾਰੀ ਕਿਹਾ ਜਾਂਦਾ ਹੈ। 3 ਮੰਜ਼ਿਲਾ ਇਹ ਖੂਬਸੂਰਤ ਮੰਦਿਰ ਸ਼ਾਨਦਾਰ ਕਾਰੀਗਰੀ ਦੀ ਮਿਸਾਲ ਪੇਸ਼ ਕਰਦਾ ਹੈ। ਇਸ ਦੀਆਂ ਕੰਧਾਂ 'ਤੇ ਗੁਰੂ ਨਾਨਕ ਦੇਵ ਜੀ, ਮਹਾਰਾਜਾ ਰਣਜੀਤ ਸਿੰਘ, ਮਹਾਰਾਣੀ ਜਿੰਦਾ ਅਤੇ ਭਗਵਾਨ ਕ੍ਰਿਸ਼ਨ ਦੀਆਂ ਤਸਵੀਰਾਂ ਦੇ ਨਾਲ ਨਾਲ ਵੇਲ ਬੂਟਿਆਂ ਵਾਲੀ ਬਹੁਤ ਹੀ ਸੁੰਦਰ ਚਿੱਤਰਕਾਰੀ ਕੀਤੀ ਗਈ ਹੈ। ਲੇਕਿਨ ਹੁਣ ਇਸ 3 ਮੰਜ਼ਿਲਾ ਖੂਬਸੂਰਤ ਮੰਦਿਰ ਦੀ ਹਾਲਤ ਕਾਫੀ ਤਰਸਯੋਗ ਹੈ। ਇਸ ਦੀਆਂ ਉੱਪਰਲੀਆਂ ਮੰਜ਼ਿਲਾਂ ਦੀ ਛੱਤ ਖਰਾਬ ਹੋ ਚੁੱਕੀ ਹੈ ਅਤੇ ਚਿੱਤਰਕਾਰੀ ਵੀ ਹੁਣ ਮਿੱਟਦੀ ਜਾ ਰਹੀ ਹੈ। ਕਾਰੋਬਾਰ ਕੀਤੇ ਅੰਗਰੇਜ਼ਾਂ ਦੇ ਬਾਰੇ ਦਾ ਮੰਦਿਰ ਬਣਿਆ ਥਾ, ਹੁਣ ਥੋੜਾ ਬਣਿਆ ਥਾ, ਇਹ ਹੈ ਨਾ। ਬਣ ਜਾਏ ਤਾਂ ਠੀਕ ਹੈ, ਜੇ ਬਣ ਜਾਵੇ ਉੱਦਾਂ ਦਾ ਤਾਂ ਠੀਕ ਹੈ। ਮੰਦਰ ਤਾਂ ਬਹੁਤ ਅੱਛਾ, ਬੜੀ ਪੁਰਾਣਾ ਮੰਦਰ ਹੈ, ਕੋਈ ਐਸੀ ਗੱਲ ਨਹੀਂ। ਕੋਈ ਹੁਣ ਤਾਂ ਬਣਿਆ 7-8 ਤਾਂ ਮੰਦ ਇੱਥੇ ਮਹੰਤੀ ਹੋਣੇ ਨੇ, ਸਮਾਧਾਂ ਬਣੀਆਂ ਨੇ। ਪੰਜਾਬ ਸਰਕਾਰ ਦੇ ਪੁਰਾਤਨ ਵਿਭਾਗ ਵੱਲੋਂ ਹੁਣ ਕਰੀਬ 80 ਲੱਖ ਦਾ ਫੰਡ ਜਾਰੀ ਕਰ ਇਸ ਮੰਦਿਰ ਦੀ ਸਾਂਭ ਸੰਭਾਲ ਦੇ ਲਈ ਕਦਮ ਚੁੱਕੇ ਗਏ ਹਨ। ਯਹਾਂ ਜੋ ਬਣਾ ਹੁਆ ਹੈ ਪਹਿਲੇ ਡਿਜ਼ਾਇਨ, ਵਹੀ ਸੇਮ ਟੂ ਸੇਮ ਬਣਾਨੇ ਹੈ, ਯਹੀ ਹਮਾਰੇ ਕੋ ਆਰਡਰ ਮਿਲਾ ਹੈ। ਔਰ ਕਬ ਤੱਕ ਇਹ ਬਣ ਕੇ ਤਿਆਰ ਹੋ ਜਾਏਗਾ ਸਰ? ਆਪ ਇਹ ਜੋ ਪੇਂਟਰ ਕੇ ਕਾਮ ਜੋ ਵੀ ਇਹ ਸਹੀ ਹੋ ਜਾਏਗਾ, ਇਸਕੇ ਬਾਅਦ ਹਮਾਰਾ ਕਾਮ ਸਟਾਰਟ ਹੋਗਾ ਚੁਣਾਈ ਵਾਲਾ। ਫਿਰ ਜਿਤਨੇ ਜੋ ਡਿਜ਼ਾਇਨ ਹੈ ਉਸਕੇ ਹਮਾਰੇ ਸੇਠ ਕੋ ਮਿਲੇ ਮਿਲਾ ਹੈ, ਉਸ ਆਰਡਰ ਪਰ ਜੋ ਜਿੱਤ ਹਮਾਰੇ ਕੋ ਮਿਲੇਗਾ, ਉਹ ਜੋ ਹਮਸੇ ਆਏਗਾ ਉਹ ਹਮ ਕਰੇਂਗੇ। ਫਿਰ ਉਹ ਜੋ ਹਮਾਰਾ ਠੇਕੇਦਾਰ ਇੱਕ ਸੇ ਇੱਕ ਲੈ ਲੈਤੇ ਹੈ, ਉਨਕੋ ਦੇ ਦੇਤੇ ਹੈ, ਜੋ ਕਾਮ ਜਿਸ ਸੇ ਆਤਾ ਉਸੀ ਉਸਕੋ ਠੇਕਾ ਦੇਤੇ ਹੈ। ਅੱਛਾ, ਇਹ ਜੇ ਜੈਸੇ ਪਹਿਲੇ ਥਾ, ਸਦੀਓਂ ਪਹਿਲੇ ਥਾ, ਉਸੀ ਤਰ੍ਹਾਂ ਬਣ ਜਾਏਗਾ? ਬਿਲਕੁਲ ਸੇਮ ਟੂ ਸੇਮ ਡਰਾਇੰਗ ਮੇਂ ਜਿਤਨਾ ਉਸਕੀ ਹੋਗਾ ਡਰਾਇੰਗ ਕੇ ਹਿਸਾਬ ਸੇ ਆਪਕੋ ਕੇ ਮਿਲੇਗਾ। ਇਹ ਤੋ ਆਨੇ ਵਾਲੇ ਸਮੇਂ ਮੇਂ ਜੇ ਲੋਗੋਂ ਕੇ ਲੀਏ ਦੇਖਨੇ ਵਾਲੀ ਜਗ੍ਹਾ ਹੋਗੀ ਜੀ। ਔਰ ਇਹ ਤੁਹਾਰਾ ਜੋ ਇਹ ਗੇਟ ਹੈ, ਇਹ ਵੀ ਜੋ ਪਹਿਲੇ ਥਾ, ਇਹ ਜੋ ਅਭੀ ਲੋਹੇ ਕੇ ਲਗਾ ਹੈ, ਇਹ ਵੀ ਓਕੇ ਹੋਗਾ ਉਸ ਜੋ ਸੇਮ ਟੂ ਸੇਮ ਪਹਿਲੇ ਥਾ। ਪੰਜਾਬ ਦੇ ਸੈਰ ਸਪਾਟਾ ਮੰਤਰੀ ਸੋਹਣ ਸਿੰਘ ਠੰਡਲ ਦਾ ਕਹਿਣਾ ਹੈ ਕਿ ਇਸ ਇਮਾਰਤ ਨੂੰ ਪਹਿਲਾਂ ਵਾਂਗ ਹੂਬ ਹੂ ਬਣਾਉਣ ਦੇ ਲਈ ਲੱਖਾਂ ਰੁਪਏ ਦਾ ਫੰਡ ਜਾਰੀ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਰਾਜਸਥਾਨ ਤੋਂ ਵਿਸ਼ੇਸ਼ ਕਾਰੀਗਰ ਬੁਲਵਾ ਕੇ ਇਸ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਦੇਖੋ, ਅਸੀਂ ਸਾਰੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਜਿੰਨੀਆਂ ਵੀ ਪੁਰਾਤਨ ਯਾਦਗਾਰਾਂ ਹੈਗੀਆਂ ਉਹਦੀ ਸਾਂਭ ਸੰਭਾਲ ਵਾਸਤੇ ਕੰਮ ਸ਼ੁਰੂ ਕੀਤਾ। ਇੱਥੇ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਵੀ 80 ਲੱਖ ਦਾ ਜਿਹੜਾ ਅਸੀਂ ਇਹ ਪ੍ਰੋਜੈਕਟ ਆ ਜਿਹਦਾ ਟੈਂਡਰ ਲੱਗ ਗਿਆ, ਇੱਥੇ ਮੰਦਰਾਂ ਦਾ ਕੰਮ ਜਿਹੜਾ ਚੱਲਦਾ ਵੀ ਆ। ਇੱਕ ਥੋੜ੍ਹੀ ਦਿੱਕਤ ਆ ਰਹੀ ਸੀ, ਇੱਕ ਮੰਦਰ ਦਾ ਕੋਈ ਮੂਰਤੀਆਂ ਦਾ ਥੋੜ੍ਹਾ ਜਿਹਾ ਕੋਈ ਕੇਸ ਕੋਰਟ ਦੇ ਵਿੱਚ ਗਿਆ ਸੀ, ਅਸੀਂ ਉਹ ਵੀ ਉਹਦੀ ਵੇਟ ਕਰ ਰਹੇ ਹਾਂ ਕਿ ਜਲਦੀ ਉਹਦਾ ਫੈਸਲਾ ਹੋ ਜਾਵੇ ਅਤੇ ਉਹਨੂੰ ਕੰਪਲੀਟ ਕਰ ਦਈਏ। ਸੋ ਵੱਡੇ ਲੈਵਲ ਦੇ ਉੱਪਰ ਜਿੰਨੀਆਂ ਵੀ ਸਾਡੀਆਂ ਪੁਰਾਤਨ, ਚਾਹੇ ਹਿਸਟੋਰੀਕਲ ਆ, ਰਿਲੀਜੀਅਸ ਆ, ਉਹਨਾਂ ਨੂੰ ਸਾਂਭ ਸੰਭਾਲ ਕਰਨ ਵਾਸਤੇ ਕਿ 100 ਕਰੋੜ ਰੁਪਈਆ ਪੰਜਾਬ ਸਰਕਾਰ ਜਿਹੜੀ ਆ ਉਹ ਖਰਚ ਕਰ ਰਹੀ ਹੈ। ਤੋ ਜ਼ਿਲ੍ਹੇ ਹੁਸ਼ਿਆਰਪੁਰ ਦੇ ਵਿੱਚ ਵੀ ਇਹ 80 ਲੱਖ ਦਾ ਸਾਡਾ ਪ੍ਰੋਜੈਕਟ ਹੈ ਜਿਹੜਾ ਅਸੀਂ ਜਿੱਤੇ ਚਲਾ ਰਹੇ ਹਾਂ। ਸ਼ੀਸ਼ ਮਹਿਲ ਜਿਹੜਾ ਆ ਉਹ ਮੈਂ ਕੋਸ਼ਿਸ਼ ਕੀਤੀ ਸੀ ਕਿ ਮੈਂ ਆਪ ਵੀ ਉਹਦੀ ਵਿਜਿਟ ਕੀਤੀ ਸੀਗੀ, ਉਹ ਪ੍ਰੋਜੈਕਟ ਅਸੀਂ ਬਣਾ ਰਹੇ ਹਾਂ। ਥੋੜ੍ਹੀ ਦਿੱਕਤ ਆ ਰਹੀ ਹੈ ਕਿ ਬਹੁਤ ਸੰਘਣੀ ਆਬਾਦੀ ਦੇ ਵਿੱਚ ਹੈਗਾ ਉਹਦਾ ਜਿਹੜਾ ਬਿਲਡਿੰਗ ਦਾ ਸਟਰਕਚਰ ਜਿਹੜਾ ਉਹ ਬਣਾਉਣ ਕਰਨ ਦੇ ਲਈ, ਉਹ ਕਿਉਂਕਿ ਜਿੰਨੀਆਂ ਪੁਰਾਣੀਆਂ ਇਮਾਰਤਾਂ ਆ ਉਹਨਾਂ ਨੂੰ ਬਣਾਉਣ ਲਈ ਸਾਨੂੰ ਰਾਜਸਥਾਨ ਤੋਂ ਕਾਰੀਗਰ ਜਿਹੜੇ ਲੈ ਕੇ ਆਉਣੇ ਪੈਂਦੇ ਆ। ਇੱਥੇ ਉਹਨਾਂ ਨੇ ਲੁੱਕ ਵੀ ਉਹ ਰੱਖਣੀ ਆ ਤਾਂ ਕਿ ਉਹਨਾਂ ਨੂੰ ਉਹੋ ਜਿਹਾ ਢੰਗ ਰਹੇ, ਮਟੀਰੀਅਲ ਉਹੋ ਜਿਹਾ ਰਹੇ। ਸੋ ਜਲਦੀ ਉਹਦੇ ਬਾਰੇ ਵੀ ਜਿਹੜਾ ਉਹ ਕਰਾਂਗੇ।